ਤਜਰਬੇ ਦੇ ਹਿਸਾਬ ਨਾਲ ਅਦਾਰਾ ਸਿੰਘ ਆ ਬਾਕੀ ਪ੍ਰਮਾਤਮਾ ਤੱਕ ਛੱਡਿਆ ਤੇ ਪੰਜਾਬ ਦੇ ਲੋਕਾਂ ਤੱਕ ਛੱਡਿਆ ਰਮਨੀਤ ਬਿੱਟੂ ਕਹਿੰਦੇ ਕਿ ਰਾਜਾ ਬੜਿੰਗ ਨੂੰ ਸਮਝ ਨਹੀਂ ਆ ਰਹੇ ਉਹਨਾਂ ਨੇ ਸ਼ਬਦ ਦਾ ਇਸਤੇਮਾਲ ਕੀਤਾ ਕਹਿੰਦੇ ਪ੍ਰਤਾਪ ਬਾਜਵਾ ਬਹੁਤ ਸ਼ੈਤਾਨ ਨੇ ਦੇਖੋ ਸੁਖੀਰਨ ਦਾਵਾ ਨੂੰ ਭੇਜਦਾ ਕਿ ਜਾਓ ਗੁਰਦਾਸਪੁਰ ਲੜੋ ਤੇ ਰਾਜਾ ਬੜਿੰਗ ਨੂੰ ਕਹਿੰਦਾ ਕਿ ਠੀਕ ਹੈ ਇੱਧਰ ਆ ਕੇ ਲੁਧਿਆਣਾ ਲੜ ਕਿ ਜੇ ਜਿੱਤ ਗਿਆ ਤਾਂ ਵੀ ਗੱਲ ਕਲੀਅਰ ਹੈ ਜੇ ਹਾਰ ਗਿਆ ਪ੍ਰਧਾਨ ਦੀ ਕੁਰਸੀ ਦੇ ਉੱਤੇ ਰਹਿੰਦਾ ਹੋਇਆ ਤਾਂ ਵੀ ਉਹਨਾਂ ਦੇ ਲਈ ਗੱਲ ਕਲੀਅਰ ਵੇਖੋ ਇਸ ਤਰ੍ਹਾਂ ਪਹਿਲੀ ਗੱਲ ਤੇ ਮੈਨੂੰ ਬਿੱਟੂ ਜੀ ਅੰਕਲ ਕਹਿੰਦੇ ਰਹੇ ਹੁਣ ਮੈਂ ਉਹਦਾ ਅੰਕਲ ਹਾਂ ਮੇਰਾ ਭਤੀਜਾ ਉਹਨੇ ਅੰਕਲ ਨੂੰ ਚੈਲੰਜ ਕੀਤਾ ਕਿ ਤੁਸੀਂ ਆ ਕੇ ਮੇਰੇ ਮੁਕਾਬਲੇ 'ਚ ਖਲੋ ਉਹਨੂੰ ਪਤਾ ਸੀ ਕਿ ਅੰਕਲ ਨੇ ਇਲੈਕਸ਼ਨ ਪਾਰਲੀਮੈਂਟ ਦੀ ਨਹੀਂ ਲੜਨੀ ਮੈਂ ਆਲਰੇਡੀ ਇਹ ਵਚਨ ਦੇ ਬੀਟਾ ਸੀ ਮੈਂ ਸਮੁੱਚੇ ਪੰਜਾਬ ਨੂੰ ਆਪਣੇ ਵਿਜੀਤ ਜੀ ਦੀ ਅਸੈਂਬਲੀ ਲੜਿਆ ਮੈਂ ਵਚਨ ਦਿੰਦਾ ਹਾਂ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਪੰਜਾਬ ਚ ਲਾਣੇ ਹਮ ਆਈ ਐਮ ਨਾਟ ਗੋਇੰਗ ਬੈਕ ਟੂ ਪਾਰਲੀਮੈਂਟ ਇਜ਼ ਅ ਨੰਬਰ 1 ਨੰਬਰ 2 ਉਹਨਾਂ ਨੂੰ ਮੈਂ ਗੱਲ ਕਹੀ ਸੀ ਇੱਕ ਪੁਰਾਣੀ ਪ੍ਰਚਲਿਤ ਕਹਾਣੀ ਸੀ ਕਿ ਜਦੋਂ ਕੋਈ ਬਾੜਾ ਮੋਟਾ ਪਹਿਲਵਾਨ ਉੱਠਦਾ ਸੀ ਨਾ ਅਖਾੜੇ ਵਾਲਾ ਤੋ ਕਹਿੰਦਾ ਸੀ ਦਾਰਾ ਸਿੰਘ ਨਾ ਮੇਰਾ ਹੌਲ ਕਰਾਓ ਜੀ ਜਦੋਂ ਉਹ ਅਖਾੜਿਆਂ ਦੀ ਲੜਾਈ ਚੱਲਦੀ ਸੀ ਤੇ ਦਾਰਾ ਸਿੰਘ ਕਹਿੰਦਾ ਕਾਕਾ ਪਹਿਲੇ ਰੰਦਾਵਾ ਉਹਦੇ ਛੋਟੇ ਭਰਾ ਦਾ ਨਾਂ ਰੰਦਾ ਵੈ ਸੱਜਿੰਦਰ ਸਿੰਘ ਰੰਦਾਵਾ ਦੀ ਗੱਲ ਨਹੀਂ ਮੈਂ ਕਰਦਾ ਉਹਨਾਂ ਦਾ ਛੋਟਾ ਉਹਨਾਂ ਦੀ ਜ਼ਾਤ ਰੰਦਾਵਾ ਸੀ ਤੇ ਉਹ ਛੋਟਾ ਬ੍ਰਦਰ ਵੀ ਐਕਟਰ ਸੀ ਉਹਨੂੰ ਰੰਦਾਵਾ ਕਹਿੰਦੋ ਕਹਿੰਦੇ ਪਹਿਲੇ ਰੰਦਾਵੇ ਨਾ ਘੁੱਟ ਲੈ ਦਿਓ ਜੇ ਉਹਨੂੰ ਢਾਲੇਗਾ ਤਾਂ ਫੇਰ ਮੇਰੇ ਸਾਹਮਣੇ ਆਈ ਮੈਂ ਉਹਨੂੰ ਕਿਹਾ ਸੀ ਮੈਂ ਇੱਕ ਰੰਦਾਵਾ ਕੱਲਾਂਗਾ ਪਹਿਲੇ ਉਹਨੂੰ ਢਾਲੀ ਕਾਕਾ ਫੇਰ ਮੇਰੇ ਨਾਲ ਕੋਈ ਰਿੰਦਾਵਾ ਕਹ ਲਾਤਾ ਹੈ ਪੰਜਾਬ ਕਾਂਗਰਸ ਦੇ ਦਾਰਾ ਸਿੰਘ ਕਾਂਗਰਸ ਦੇ ਦਾਰਾ ਸਿੰਘ ਚਲੋ ਇਹ ਤੁਸੀਂ ਜੋ ਮਰਜ਼ੀ ਸਮਝ ਲਓ ਉਮਰ ਦੇ ਹਿਸਾਬ ਨਾਲ ਤੇ ਦਾਰਾ ਸਿੰਘ ਹੀ ਹੈ ਜੀ ਤਜਰਬੇ ਦੇ ਹਿਸਾਬ ਨਾਲ ਦਾਰਾ ਸਿੰਘ ਆ ਬਾਕੀ ਪ੍ਰਮਾਤਮਾ ਤੱਕ ਛੱਡਿਆ ਤੇ ਪੰਜਾਬ ਦੇ ਲੋਕਾਂ ਤੱਕ ਛੱਡਿਆ ਰਮਨੀਤ ਬਿੱਟੂ ਕਹਿੰਦੇ ਕਿ ਰਾਜਾ ਬੜਿੰਗ ਨੂੰ ਸਮਝ ਨਹੀਂ ਆ ਰਹੇ ਉਹਨਾਂ ਨੇ ਸ਼ਬਦ ਦਾ ਇਸਤੇਮਾਲ ਕੀਤਾ ਕਹਿੰਦੇ ਪ੍ਰਤਾਪ ਬਾਜਵਾ ਬਹੁਤ ਸ਼ੈਤਾਨ ਨੇ ਦੇਖੋ ਸੁਖੀਰੰਦਾਵਾ ਨੂੰ ਭੇਜਦਾ ਕਿ ਜਾਓ ਗੁਰਦਾਸਪੁਰ ਲੜੋ ਤੇ ਰਾਜਾ ਬੜਿੰਗ ਨੂੰ ਕਹਿੰਦਾ ਕਿ ਠੀਕ ਹੈ ਇੱਧਰ ਆ ਕੇ ਲੁਧਿਆਣਾ ਲੜ ਜੇ ਜਿੱਤ ਗਿਆ ਤਾਂ ਵੀ ਗੱਲ ਕਲੀਅਰ ਹੈ ਜੇ ਹਾਰ ਗਿਆ ਪ੍ਰਧਾਨ ਦੀ ਕੁਰਸੀ ਦੇ ਉੱਤੇ ਰਹਿੰਦਾ ਹੋਇਆ ਤਾਂ ਵੀ ਉਹਨਾਂ ਦੇ ਲਈ ਗੱਲ ਕਲੀਅਰ ਵੇਖੋ ਇਸ ਤਰ੍ਹਾਂ ਪਹਿਲੀ ਗੱਲ ਤੇ ਮੈਨੂੰ ਬਿੱਟੂ ਜੀ ਅੰਕਲ ਕਹਿੰਦੇ ਰਹੇ ਹੁਣ ਮੈਂ ਉਹਦਾ ਅੰਕਲ ਹਾਂ ਮੇਰਾ ਭਤੀਜਾ ਉਹਨੇ ਅੰਕਲ ਨੂੰ ਚੈਲੰਜ ਕੀਤਾ ਕਿ ਤੁਸੀਂ ਆ ਕੇ ਮੇਰੇ ਮੁਕਾਬਲੇ 'ਚ ਖਲੋ ਉਹਨੂੰ ਪਤਾ ਸੀ ਕਿ ਅੰਕਲ ਨੇ ਇਲੈਕਸ਼ਨ ਪਾਰਲੀਮੈਂਟ ਦੀ ਨਹੀਂ ਲੜਨੀ ਮੈਂ ਆਲਰੇਡੀ ਇਹ ਵਚਨ ਦੇ ਬੈਠਾ ਸੀ ਮੈਂ ਸਮੁੱਚੇ ਪੰਜਾਬ ਨੂੰ ਆਪਣੇ ਵਿਜੀ ਜੀ ਦੀ ਅਸੈਂਬਲੀ ਲੜਿਆ ਮੈਂ ਵਚਨ ਦਿੰਦਾ ਹਾਂ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਪੰਜਾਬ ਚ ਲੜਨੇ ਹਮ ਆਈ ਐਮ ਨਾਟ ਗੋਇੰਗ ਬੈਕ ਟੂ ਪਾਰਲੀਮੈਂਟ ਇਜ਼ ਅ ਨੰਬਰ 1 ਨੰਬਰ 2 ਉਹਨਾਂ ਨਾਲ ਮੈਂ ਗੱਲ ਕੀਤੀ ਸੀ ਇੱਕ ਪੁਰਾਣੀ ਪ੍ਰਚਲਿਤ ਕਹਾਣੀ ਸੀ ਕਿ ਜਦੋਂ ਕੋਈ ਬਾੜਾ ਮੋਟਾ ਪਹਿਲਵਾਨ ਉੱਠਦਾ ਸੀ ਨਾ ਅਖਾੜੇ ਵਾਲਾ ਤੋ ਕਹਿੰਦਾ ਸੀ ਦਾਰਾ ਸਿੰਘ ਨਾ ਮੇਰਾ ਘੋਲ ਕਰਾਓ ਜੀ ਜਦੋਂ ਉਹ ਅਖਾੜਿਆਂ ਦੀ ਲੜਾਈ ਚੱਲਦੀ ਸੀ ਤੇ ਦਾਰਾ ਸਿੰਘ ਕਹਿੰਦਾ ਕਾਕਾ ਪਹਿਲੇ ਰੰਦਾਵਾ ਉਹਦੇ ਛੋਟੇ ਭਰਾ ਦਾ ਨਾਂ ਰੰਦਾ ਵੈ ਸੱਜਿੰਦਰ ਸਿੰਘ ਰੰਦਾਵਾ ਦੀ ਗੱਲ ਨਹੀਂ ਮੈਂ ਕਰਦਾ ਉਹਨਾਂ ਦਾ ਛੋਟਾ ਉਹਨਾਂ ਦੀ ਜ਼ਾਤ ਰੰਦਾਵਾ ਸੀ ਉਹ ਛੋਟਾ ਬ੍ਰਦਰ ਵੀ ਐਕਟਰ ਸੀ ਉਹਨੂੰ ਰੰਦਾਵਾ ਕਹਿੰਦੋ ਕਹਿੰਦੇ ਪਹਿਲੇ ਰੰਦਾਵੇ ਨਾ ਘੋੜ ਲੈ ਦਿਓ ਜੇ ਉਹਨੂੰ ਢਾਲੇਗਾ ਤਾਂ ਫਿਰ ਮੇਰੇ ਸਾਹਮਣੇ ਆਈ ਮੈਂ ਉਹਨੂੰ ਕਿਹਾ ਸੀ ਮੈਂ ਇੱਕ ਰੰਦਾਵਾ ਘੱਲਾਂਗਾ ਪਹਿਲੇ ਉਹਨੂੰ ਢਾੜੀ ਕਾਕਾ ਫਿਰ ਮੇਰੇ ਨਾਲ ਹੀ ਸੋ ਇਹ ਰੰਦਾਵਾ ਕਲਾਪ ਦਾ ਪੰਜਾਬ ਕਾਂਗਰਸ ਦੇ ਦਾਰਾ ਸਿੰਘ ਕਾਂਗਰਸ ਦੇ ਦਾਰਾ ਸਿੰਘ ਚਲੋ ਇਹ ਤੁਸੀਂ ਜੋ ਮਰਜ਼ੀ ਸਮਝ ਲਓ ਉਮਰ ਦੇ ਹਿਸਾਬ ਨਾਲ ਤੇ ਦਾਰਾ ਸਿੰਘ ਹੀ ਹੈ ਜੀ ਤਜਰਬੇ ਦੇ ਹਿਸਾਬ ਨਾਲ ਦਾਰਾ ਸਿੰਘ ਆ ਬਾਕੀ ਪ੍ਰਮਾਤਮਾ ਤੱਕ ਛੱਡਿਆ ਤੇ ਪੰਜਾਬ ਦੇ ਲੋਕਾਂ ਤੱਕ ਛੱਡਿਆ